ਇਹ ਬੋਲੀ ਜੀ 500 ਸਾਲ ਪੁਰਾਣੀ ਹੈ, ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਸੀ। ਆਓ ਜੀ ਹੁਣ ਆਪਾਂ ਮੰਦਿਰ ਸਾਈਡ ਚੱਲਦੇ ਹਾਂ। ਸਾਹਮਣੇ ਹੈ ਜੀ ਮੰਦਿਰ, ਇਸ ਬੋਲੀ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਮੰਦਿਰ ਆ ਜੀ। ਆ ਜਾਓ ਆਪਾਂ ਉਸ ਮੰਦਿਰ ਨੂੰ ਵੀ ਦੇਖਦੇ ਹਾਂ ਜੀ। ਇਹ ਬਰੋਟਾ ਬਹੁਤ ਵੱਡਾ ਦੇਖੋ। ਇਹ ਆ ਜੀ ਉਹ ਸ਼੍ਰੀ ਰਾਮ ਮੰਦਿਰ, ਇਹਦਾ ਨਿਰਮਾਣ ਨਵਾਂ ਹੋ ਰਿਹਾ ਆ, ਨਵੀਂ ਬਿਲਡਿੰਗ ਬਣ ਰਹੀ ਆ ਜੀ। ਇਹ ਮੰਦਿਰ ਦਾ ਨਵਾਂ ਨਿਰਮਾਣ ਹੋ ਰਿਹਾ ਜੀ। ਇਹ ਛੱਤ ਤਾਂ ਹਾਲੇ ਵੀ ਉੱਦਾਂ ਹੀ ਸਾਂਭ ਕੇ ਰੱਖੀ ਹੋਈ ਹੈ ਦੇਖੋ, ਅਤੇ ਬਾਹਰਲੇ ਪਾਸੇ ਉਹਦਾ ਨਿਰਮਾਣ ਨਵਾਂ ਹੋ ਰਿਹਾ ਜੀ, ਨਵੀਂ ਬਿਲਡਿੰਗ ਬਣ ਰਹੀ ਆ ਮੰਦਿਰ ਦੀ। ਇਹ ਆ ਮੰਦਿਰ ਜੀ, ਇਹ ਮੰਦਿਰ ਦੇ ਸਾਹਮਣੇ ਕੇਲੇ ਦੇ ਦਰਖਤ, ਪਿੱਪਲ ਲੱਗਿਆ ਹੋਇਆ ਜੀ, ਤੁਸੀਂ ਦੇਖ ਸਕਦੇ ਹੋ। ਇਹ ਨੇ ਦੇਖੋ ਕਿੱਡਾ ਕੁ ਕੱਪ ਆ, ਇਹ ਮਿਲਦੇ ਨੇ ਗੁਜਰਾਤ ਦੇ ਵਿੱਚ ਚਾਹ ਦੇ, ਦੇਖੋ ਕਿੰਨਾ ਕੁ ਕੱਪ ਆ। ਜਿਹੜੀ ਪੰਜਾਬੀਆਂ ਦੀ ਮੇਰੇ ਹਿਸਾਬ ਨਾਲ ਦੋ ਕੁ ਘੁੱਟਾਂ ਪੈਂਦੀਆਂ ਨੇ ਇਹਦੇ ਵਿੱਚ, ਇੰਨਾ ਕੁ ਕੱਪ ਆ ਇਹ। ਆਪਾਂ ਗੜਬਾਏ ਦਾ ਚਾਹ ਦਾ ਪੀਣ ਵਾਲੇ ਬੰਦੇ ਹਾਂ, ਜਾਣੀ ਆਪਾਂ ਸੱਚ ਜਾਣੇ ਹੋ, ਇੱਦਾਂ ਦੇ ਦਸ ਦਸ ਕੱਪ ਜਾਣੇ ਇੱਕ ਬੰਦਾ ਪੀ ਜੂਗਾ, ਇੰਨੀ ਕੁ ਚਾਹ ਪੈਂਦੀ ਆ ਇਹਦੇ ਵਿੱਚ। ਕਿੰਨਾ ਕੁ ਛੋਟਾ ਕੱਪ ਆ ਜੀ ਇਹ? ਬਈ ਯਹਾਂ ਗੁਜਰਾਤ ਮੇ ਗੁਜਰਾਤੀ ਲੋਗੋਂ ਕਾ ਯੇ ਸਿਸਟਮ ਹੈ ਕਿ ਆਪ ਇਸ ਦੁਕਾਨ ਸੇ ਨਿਕਲ ਕੇ ਉਸ ਦੁਕਾਨ ਪੇ ਜਾ ਕੇ ਹਲੋ ਕੈਸੇ ਹੋ ਤੋ ਆਪਕੋ ਬੋਲੇਗਾ ਬੈਠੋ 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 ਯਾਰ ਬੈਠੋ ਬੈਠੋ 2 ਮਿੰਟ ਬੈਠੋ ਚਾਹ ਪੀ ਕੇ ਜਾਏ ਜੈਸੇ ਬੈਠੋਗੇ ਚਾਹ ਆਏਗੀ। ਅਬ ਅਗਰ ਮੈਂ ਦਿਨ ਮੇ 25 ਦੁਕਾਨ ਘੁੰਮੂਗਾ ਤੋ 25 ਵਾਰ ਮੈਨੂੰ ਚਾਹ ਪੀਣੀ ਪੜੇਗੀ, ਔਰ ਅਗਰ 25 ਵਾਰ ਇਤਨੇ ਬੜੇ ਬੜੇ ਕੱਪ ਭਰ ਕੇ ਪੀਊਗਾ ਤਾਂ ਮੈਂ ਸਾਫ ਕਰ ਦੂੰਗਾ। ਹਮਾਰਾ ਪੰਜਾਬੀ ਜੀ ਇਹ ਤੋਂ 10 ਗੁਣਾ ਵੱਡੇ ਚਾਹ ਦਾ ਕੱਪ ਇੱਕ ਵਾਰ ਚ ਪੀਂਦਾ, ਉਹਨੂੰ ਚਾਹੇ 10 ਵਾਰ ਪਲਾ ਦਿਓ ਅੱਕਦਾ ਨਹੀਂ। ਹਾਂ ਮੈਂ ਸਮਝ ਰਿਹਾ ਹਾਂ, ਅਗਰ ਗੁਜਰਾਤ ਮੇ ਐਸਾ ਸਿਸਟਮ ਹੈ ਕਿ ਆਪਕੋ ਚਾਹ ਵੀ ਘਰ ਜਾਣੇ ਨਹੀਂ ਦੇਗਾ, ਔਰ ਕੁਛ ਲੋਗ ਐਸੇ ਹੈ ਮਾਰਕੀਟ ਮੇ ਕਿ ਜੋ ਉਹ ਦਿਨ ਭਰ ਘੁੰਮਤੇ ਹੈ ਤੋ ਕਿਆ ਹੋ ਉਨਕਾ, ਇਸ ਲਈ ਇਸਕੋ ਔਰ ਛੋਟਾ ਕਰਨੇ ਕੀ ਬਾਤ ਚੱਲ ਰਹੀ ਹੈ। ਜਾਣੀ ਮੋਦੀ ਸਾਹਿਬ ਕਹਿੰਦੇ ਨੇ ਵੀ ਇਹ ਕੱਪ ਨੂੰ ਹੋਰ ਛੋਟਾ ਕੀਤਾ ਜਾਵੇ। ਇਹ ਜੀ ਇੱਥੇ ਮਿਲਦਾ ਚਾਟ ਮਸਾਲਾ, ਇਹ ਚਾਟ ਮਸਾਲਾ ਕਹਿੰਦਾ ਜੀ ਬੰਦਾ, ਇਹ ਗਰਮ ਗਰਮ ਵੇਚਦਾ ਆ ਇਹ। 10 ਰੁਪਏ ਦੀ, 20 ਰੁਪਏ ਦੀ, 10 ਰੁਪਏ 20 ਰੁਪਏ, 10 ਰੁਪਏ 20 ਰੁਪਏ ਜੀ। ਮੜਾ ਖੋਲੀ ਇਹਨੂੰ, ਇਹਦੀ ਝਲਕ ਦਿਖਾ ਦੇ, ਲੈ ਦਿਖਾ ਜੀ। ਇਹ ਆਹ ਚੀਜ਼ ਆ ਜੀ ਇਹ, ਅੱਛਾ ਦਾਲ ਆ ਇਹ, ਅੱਛਾ ਇਹ ਚੀਜ਼ ਵੇਚਦਾ ਵੀਰ, ਤੇ ਬਹੁਤ ਟੇਸਟੀ ਬਣਾਉਂਦਾ, ਬਹੁਤ ਵਧੀਆ ਬਣਾਉਂਦਾ ਇਹ। ਇਹ ਆ ਗਿਆ ਜੀ ਗੇਟ, ਇਹਨੂੰ ਦਿੱਲੀ ਗੇਟ ਕਹਿੰਦੇ ਨੇ, ਉਹ ਬਿਲਕੁਲ ਸਾਹਮਣੇ ਆ ਰਿਹਾ ਆ। ਇਦਾਂ ਦੇ ਨਾ 12 ਗੇਟ ਨੇ ਅਹਿਮਦਾਬਾਦ ਦੇ ਵਿੱਚ, ਜਾਣੀ ਉਦੋਂ ਨਾ ਪੁਰਾਣੇ ਸਮੇਂ ਦੇ ਵਿੱਚ ਲੋਕ ਇਹ ਕਿਹਾ ਕਰਦੇ ਸੀ ਵੀ ਜਿਹੜਾ ਇਹ ਗੇਟ ਵਿੱਚ ਦੀ ਲੰਘਿਆ ਪਰ ਇਹਨੂੰ ਤਾਂ ਉਹ ਦਿੱਲੀ ਜਾਊਗਾ ਸਿੱਧਾ। ਇਹ ਨੌਰਥ ਵਾਲੇ ਸਾਈਡ ਦੇ ਵੱਲ ਨੂੰ ਬਣਿਆ ਹੋਇਆ ਗੇਟ ਆ। ਲੋਕਾਂ ਤਾਂ ਚਲੋ ਵਿਚਾਰੇ ਭੋਲੇ ਬਹੁਤ ਸੀ ਉਦੋਂ, ਉਹਨਾਂ ਨੂੰ ਇਹ ਗੱਲ ਦਾ ਤਾਂ ਪਤਾ ਨਹੀਂ ਹੁੰਦਾ ਸੀਗਾ ਹਨਾ ਵੀ ਜਦੋਂ ਇਹ ਗੇਟ ਪਾਰ ਕਰਾਂਗੇ ਰਾਹ ਦੇ ਵਿੱਚ ਰਾਜਸਥਾਨ ਵੀ ਆਉਣਾ, ਹੋਰ ਵੀ ਬਹੁਤ ਕੁਛ ਆਉਣਾ ਆ ਹਨਾ। ਪਰ ਉਹ ਸਮਝਦੇ ਇਹੀ ਸੀਗੇ ਵੀ ਜਦੋਂ ਇਹ ਗੇਟ ਨੂੰ ਪਾਰ ਕੀਤਾ ਤਾਂ ਸ਼ਾਇਦ ਅਸੀਂ ਦਿੱਲੀ ਪਹੁੰਚ ਜਾਵਾਂਗੇ। ਇਹ ਆ ਜੀ ਨੌਰਥ ਗੇਟ, ਇਹਨੂੰ ਦਿੱਲੀ ਗੇਟ ਕਿਹਾ ਜਾਂਦਾ ਜੀ। ਤੁਹਾਨੂੰ ਦਿਖਾਉਂਦੇ ਅਸੀਂ ਅੱਗੇ ਤੋਂ ਵੀ, ਗੇਟ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ। ਇਹ ਆ ਜੀ ਗੋਰਾ ਸਪੇਨ ਤੋਂ ਆ, ਇਹ ਵੀ ਸਾਡੇ ਨਾਲ ਅੱਜ ਘੁੰਮ ਰਿਹਾ ਆ ਅਹਿਮਦਾਬਾਦ ਸ਼ਹਿਰ ਨੂੰ, ਸਪੇਨ ਤੋਂ ਆ ਇਹ। ਉਹ ਤੁਹਾਨੂੰ ਦਿਖਾਉਂਦੇ ਹਾਂ ਗੇਟ ਅੱਗੇ ਤੋਂ, ਇਹ ਆ ਜੀ ਉਹ ਗੇਟ। ਇੱਦਾਂ ਦੇ 12 ਗੇਟ ਬਣੇ ਹੋਏ ਨੇ ਅਹਿਮਦਾਬਾਦ ਸ਼ਹਿਰ ਦੇ ਵਿੱਚ ਜੀ, ਤੁਸੀਂ ਦੇਖ ਸਕਦੇ ਹੋ। ਇਹ ਆ ਦਿੱਲੀ ਗੇਟ, ਇਹ ਆ ਜੀ ਬਣਿਆ ਹੋਇਆ ਜੈਨ ਟੈਂਪਲ ਅਹਿਮਦਾਬਾਦ ਸ਼ਹਿਰ ਦੇ ਵਿੱਚ ਜੀ, ਦੇਖ ਸਕਦੇ ਹੋ। ਇਹ ਆ ਜੀ ਅਹਿਮਦਾਬਾਦ ਸ਼ਹਿਰ, ਮੈਂ ਥੋੜੀ ਦੇਰ ਲਈ ਬੱਸ ਦੇ ਉੱਪਰ ਆਇਆ ਆ, ਉੱਪਰ ਤੋਂ ਵਿਊ ਲੈਂਦੇ ਆ ਆਪਾਂ ਅਹਿਮਦਾਬਾਦ ਸ਼ਹਿਰ ਦੇ। ਇਹ ਅਹਿਮਦਾਬਾਦ ਦੇ ਸੇਬ ਜੀ ਸਾਹਮਣੇ ਰੇਹੜੀ ਤੇ ਪਏ ਦੇਖ ਸਕਦੇ ਹੋ ਤੁਸੀਂ, ਜੇ ਖਾਣੇ ਆ ਤਾਂ ਉਹਦੇ ਲਈ ਤੁਹਾਨੂੰ ਅਹਿਮਦਾਬਾਦ ਆਉਣਾ ਪੈਣਾ ਆ। ਇੱਦਾਂ ਦੇ ਬਣੇ ਹੋਏ ਚੌਂਕ ਬਹੁਤ ਜ਼ਿਆਦਾ ਆਉਂਦੇ ਨੇ, ਤੁਸੀਂ ਦੇਖ ਸਕਦੇ ਹੋ। ਡਬਲ ਡੈਕਰ ਬੱਸ ਆ, ਉਹਦੀ ਛੱਤ ਦੇ ਉੱਤੇ ਆਪਾਂ ਖੜੇ ਹਾਂ ਅਤੇ ਵੀਡੀਓ ਬਣਾ ਰਹੇ ਹਾਂ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਚੈਨਲ ਤੇ ਸਵਾਗਤ ਕਰਦੇ ਹਾਂ ਜੀ।
ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਾਨਿਕ ਚੌਂਕ ਨੂੰ ਵੇਖਾਂਗੇ ਤੇ ਇੱਥੇ ਕਿਹੜੀ ਕਿਹੜੀ ਸਟਾਲਸ ਲੱਗਦੀਆਂ ਨੇ, ਇੱਥੇ ਦਾ ਕੀ ਫੇਮਸ ਹੈ ਉਹ ਜੋ ਆਪਾਂ ਹੈ ਉਹ ਆਪਾਂ ਸਾਰਾ ਖਾਵਾਂਗੇ ਜੀ ਅੱਜ ਤੇ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ। ਆਪਾਂ ਤੁਹਾਨੂੰ ਹੁਣ ਦਿਖਾਉਂਦੇ ਹਾਂ ਵੀ ਇੱਥੇ ਨਾ ਹੁਣ ਸ਼ੌਪਸ ਕੁਛ ਹੋਰ ਲੱਗੀਆਂ ਹੋਈਆਂ ਨੇ ਤੇ ਅੱਧੇ ਘੰਟੇ ਦੇ ਵਿੱਚ ਸਾਰਾ ਚੇਂਜ ਹੋ ਜਾਣਾ ਆ। ਆਜੋ ਤੁਹਾਨੂੰ ਦਿਖਾਉਂਦੇ ਹਾਂ ਹੁਣ ਦਾ ਹਾਲ ਤੇ ਬਾਅਦ ਦਾ ਹਾਲ ਜੀ। ਆਓ ਚੱਲੀਏ ਜੀ। ਇਹ ਤੁਸੀਂ ਜਿਹੜੀ ਹੁਣ ਸਾਰੀ ਮਾਰਕੀਟ ਦੇਖ ਰਹੇ ਹੋ, ਬਾਈਕ ਲੱਗੇ ਹੋਏ ਨੇ ਜਾਂ ਗੱਡੀਆਂ ਵਿੱਚ ਖੜੀਆਂ ਨੇ ਹਨਾ, ਇਹ ਅੱਧੇ ਘੰਟੇ ਦੇ ਵਿੱਚ ਸਾਰਾ ਕੁਝ ਉਰੋਂ ਹਟ ਜਾਣਾ ਆ ਤੇ ਇਸ ਜਗ੍ਹਾ ਦੇ ਉੱਤੇ ਖਾਣੇ ਵਾਲੀਆਂ ਵਸਤੂਆਂ ਯਾਨੀ ਰੇੜੀਆਂ ਆ ਜਾਣੀਆਂ ਨੇ। ਪ੍ਰੋਪਰ ਇਹ ਬਾਜ਼ਾਰ ਖਾਣ ਪੀਣ ਵਾਲਾ ਬਾਜ਼ਾਰ ਲੱਗ ਜਾਣਾ ਆ। ਜਾਣੀ ਇਹ ਕਿਹਾ ਜਾਂਦਾ ਵੀ ਇਹ ਬਾਜ਼ਾਰ ਦਿਨ ਦੇ ਵਿੱਚ 3 ਵਾਰ ਚੇਂਜ ਹੁੰਦਾ ਆ ਜੀ। ਜਿਹੜੀ ਹੁਣ ਪਾਰਕਿੰਗ ਆ ਤੁਸੀਂ ਦੇਖਿਓ, ਅੱਧੇ ਘੰਟੇ ਬਾਅਦ ਉਰੇ ਦਾ ਦ੍ਰਿਸ਼ ਸਾਰਾ ਚੇਂਜ ਹੋ ਜਾਣਾ ਜੀ। ਬਣੇ ਰਹੋ ਸਾਡੇ ਚੈਨਲ ਤੇ ਜੀ ਪੂਰੀ ਵੀਡੀਓ ਦੇ ਐਂਡ ਤੱਕ। ਵੀਡੀਓ ਚੰਗੀ ਲੱਗ ਰਹੀ ਆ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ, ਕਮੈਂਟ ਕਰਿਓ। ਥੋੜ੍ਹੀ ਦੇਰ ਬਾਅਦ ਬਾਜ਼ਾਰ ਚੇਂਜ ਹੋਣਾ ਆ, ਤੁਹਾਨੂੰ ਸਾਰਾ ਦਿਖਾਵਾਂਗੇ ਅਸੀਂ। ਇਹ ਪਹਿਲਾਂ ਦੀਆਂ ਵੀਡੀਓ ਨੇ ਤੇ ਬਾਅਦ ਵਿੱਚ ਬਾਜ਼ਾਰ ਚੇਂਜ ਹੋਣਾ ਆ, ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ। ਟੋਟਲੀ ਚੇਂਜ ਹੋ ਜਾਣਾ ਨੇ ਇੱਕਦਮ, ਜਾਣੀ ਜਾਦੂ ਇਹ ਹੋਣਾ ਤੁਸੀਂ ਦੇਖੀ ਜਾਇਓ ਅੱਜ। ਇਹ ਆ ਮਾਣਿਕ ਚੌਂਕ ਜੀ, ਅਹਿਮਦਾਬਾਦ ਗੁਜਰਾਤ ਦੇ ਵਿੱਚ ਜੀ। ਇਹ ਤੁਸੀਂ ਸਾਰੀ ਮਾਰਕੀਟ ਦੇਖ ਰਹੇ ਹੋ, ਸਾਰੀ ਜਵੈਲਰੀ ਦੀ ਮਾਰਕੀਟ ਹੈ। ਇੱਥੇ ਤੁਸੀਂ ਗੋਲਡ, ਸਿਲਵਰ, ਡਾਇਮੰਡ ਵਰਗੀ ਚੀਜ਼ਾਂ ਲੈ ਸਕਦੇ ਹੋ ਤੇ ਇਸੇ ਜਗ੍ਹਾ ਲੱਗੇਗਾ ਉਹ ਫੂਡ ਕੋਰਟ, ਉਹ ਫੂਡ ਬਾਜ਼ਾਰ ਜਿਹੜਾ ਕਿ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ। ਇਹ ਤੁਸੀਂ ਦੇਖ ਸਕਦੇ ਹੋ ਪ੍ਰੈਪਰੇਸ਼ਨ ਸਟਾਰਟ ਹੋ ਗਈ ਜੀ, ਸਟਾਲਸ ਆਣੀਆਂ ਸ਼ੁਰੂ ਹੋ ਗਈਆਂ ਨੇ। 10-15 ਮਿੰਟ ਦੇ ਵਿੱਚ ਬਾਜ਼ਾਰ ਲੱਗ ਜਾਏਗਾ। ਜਿਹੜਾ ਤੁਹਾਨੂੰ ਬਾਜ਼ਾਰ ਦਿਖਾਇਆ ਸੀ ਅਸੀਂ, ਸੋਨੇ ਦੀ ਮਾਰਕੀਟ ਸੀ, ਉਹ ਸਾਰੀ ਬੰਦ ਹੋ ਚੁੱਕੀ ਆ, ਲਗਭਗ ਥੋੜੀ ਬਹੁਤ ਰਹਿ ਗਈ ਆ। ਤੇ ਇਹ ਰੇੜੀਆਂ ਆ ਗਈਆਂ ਨੇ ਹੁਣ, ਇਹ ਸਾਰੀਆਂ ਰੇੜੀਆਂ ਫੂਡ ਬਾਜ਼ਾਰ ਲੱਗ ਜਾਣਾ ਆ ਸਾਰਾ ਹੀ ਉਰੇ ਜੀ। ਤੁਸੀਂ ਦੇਖਦੇ ਰਹੋ, ਪਹਿਲਾਂ ਵੀ ਤੁਹਾਨੂੰ ਦਿਖਾਇਆ ਅਸੀਂ, ਬਸ ਦੇਖੋ ਤੁਸੀਂ ਕਿੱਦਾਂ ਰੇੜੀਆਂ ਆ ਰਹੀਆਂ ਨੇ। ਕਿ ਫੂਡ ਕੋਰਟ ਇੱਥੇ ਲੱਗੇਗਾ, ਉਹਦੀ ਇੱਥੇ ਪ੍ਰੈਪਰੇਸ਼ਨ ਸਟਾਰਟ ਹੋ ਗਈ ਹੈ ਜੀ। ਇਹ ਕੁਛ ਹੀ ਦੇਰ ਦੇ ਵਿੱਚ ਇਹ ਪੂਰਾ ਜਿਹੜਾ ਚੌਂਕ ਹੈ ਫੂਡ ਕੋਰਟ ਦੇ ਵਿੱਚ ਬਦਲ ਜਾਵੇਗਾ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ। ਇਹ ਦੇਖੋ ਜਿੱਥੇ ਪਾਰਕਿੰਗ ਸੀਗੀ ਉੱਥੇ ਸਟਾਲਾਂ ਲੱਗ ਚੁੱਕੀਆਂ ਨੇ, ਤੁਸੀਂ ਦੇਖ ਸਕਦੇ ਹੋ ਕੁਰਸੀਆਂ ਹੀ ਕੁਰਸੀਆਂ ਲੱਗੀਆਂ ਤੇ ਇਹ ਬਣ ਗਿਆ ਪੂਰਾ ਏਰੀਆ ਜੀ। ਕੀ ਬਣਾ ਰਹੇ ਹੋ? ਫੂਡ ਕੋਰਟ ਫੂਡ ਵਾਲਾ ਬਣ ਗਿਆ ਹੈ ਸਾਰਾ, ਤੁਸੀਂ ਦੇਖ ਸਕਦੇ ਹੋ ਜੋ ਖਾਣਾ ਖਾ ਸਕਦੇ ਹੋ। ਇਹ ਸਾਰਾ ਫੂਡ ਵਾਲਾ ਬਣ ਗਿਆ, ਖਾ ਸਕਦੇ ਹੋ ਤੁਸੀਂ ਜੋ ਖਾਣਾ ਆ। ਇਹ ਆ ਜਾਮੁਨ ਸ਼ੌਟ ਜੀ, ਫੇਮਸ ਹੈ ਬੰਦੇ ਦਾ, ਇਹਦੋਂ ਪੀਣ ਲੱਗੇ ਆ। ਸਪ੍ਰੀਤ ਕਿੱਦਾਂ ਲੱਗਿਆ ਹੋਇਆ ਕਰਨ ਵੀ ਮੈਂ ਸ਼ੌਟ ਪੀਣੇ ਨੇ? ਇਹ ਰੇਟ ਨੇ ਇਸ ਵੀਰ ਦੇ, ਮਾਣਿਕ ਬਾਜ਼ਾਰ ਆ ਇਹ ਜੀ, ਇਹਦੇ ਵਿੱਚ ਖੜਦਾ ਵੀਰ ਇਹ ਲੱਗਿਆ ਹੋਇਆ ਬਣਾਉਣ। ਇਹ ਕਿਸ ਤਰ੍ਹਾਂ ਬਣਦਾ ਆ ਆਪਾਂ ਉਹ ਵੀ ਦੇਖਦੇ ਹਾਂ ਜੀ। ਲੱਗਿਆ ਹੋਇਆ ਸੂਏ ਮਾਰਨ ਇਹ, ਦੇਖਦੇ ਹਾਂ ਕਿਵੇਂ ਬਣਾਉਂਦਾ ਇਹ। ਇਹ ਕੀ ਆ ਇਹ? ਜਾਮੁਨ। ਅੱਛਾ, ਇਹ ਜਾਮੁਨ ਦਾ ਪਾ ਲਿਆ ਉਹਨੇ ਇਹਦੇ ਵਿੱਚ ਜੀ, ਤੇ ਫੇਮਸ ਆ ਉਰੇ ਦਾ ਇਹ। ਪੀ ਰਹੇ ਆਪਾਂ, ਇਹ ਪੀ ਕੇ ਦੱਸਾਂਗੇ ਟੇਸਟ ਕਿੱਦਾਂ ਦਾ ਆ। ਇਹ ਨਿੰਬੂ ਦੇ ਰਸ ਦੇ ਵਿੱਚ ਤੇ ਨਮਕ ਲਾ ਲਿਆ ਉਹਨੇ ਗਲਾਸ ਨੂੰ ਪਹਿਲਾਂ ਹੀ ਜੀ, ਉਹ ਦੇਖੋ ਤੁਸੀਂ ਗਲੇ ਲਾ ਕੇ ਰੱਖ ਲਿਆ ਉਹਨੇ ਨਿੰਬੂ ਤੇ ਨਮਕ ਲੂਣ। ਉਹ ਪਤਾ ਉਹਦੇ ਵਿੱਚ ਜੀ, ਉਹ
जमन दा हुणे पीने आ देखदे आ किन्ने दा जी इह 41 है एक पीस 40 रुपए दा जी पीने आ ते दसदे आ किदां दा जी इह जलेबी फाफड़ा जो कि जेठालाल खांदा हुंदा प्रॉपर स्लाइड हुंदा फिर एकदम पतला हो जांदा जिमें कि आप पहला भी गल कर चुके हाँ कि माणिक बाजार दिन विच तीन बार चेंज हुंदा है सवेरे 4 बजे तो बाद इत्थे सब्जी मंडी लगती है सब्जी मंडी लगन तो बाद जो मॉर्निंग का टाइम हो जाता है तो इत्थे गोल्ड दियाँ शॉप्स ओपन हो जांदियां हन अते पूरा दिन ज्वैलरी की शॉपिंग इत्थों तुसीं कर सकदे हो अते रात नूं 8 बजे इत्थे फूड कोर्ट लग जांदा है अते खाण पीण दियाँ सारियां स्टॉल्स इत्थे सज जांदियां हन जी ਤੁਸੀਂ ਦੇਖੋ ਇਹ ਪੁਰਾਣੀ ਰੀਤ ਜਾਂ ਰਿਵਾਜ ਉਵੇਂ ਚੱਲਿਆ ਆਉਂਦਾ ਆ ਇੱਕ ਜਗ੍ਹਾ ਤੋਂ ਤਿੰਨ ਬੰਦੇ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਖਾ ਰਹੇ ਨੇ ਜੋ ਕਿ ਬਹੁਤ ਵੱਡੀ ਮਿਸਾਲ ਆ ਜੀ ਬਹੁਤ ਰਸ਼ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਜਗ੍ਹਾ ਬਹੁਤ ਫੇਮਸ ਹੈ ਇਹਦੀ ਡਿਸ਼ਸ ਲਈ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਦੇਖ ਸਕਦੇ ਹੋ ਰਸ਼ ਦੇਖੋ ਤੁਸੀਂ ਦੂਸਰਾ ਦੇਖ ਸਕਦੇ ਹੋ ਬੰਦਾ ਹੋਇਆ ਇੱਕ ਵਾਰ ਹੋਰ ਬਣਾਏਗਾ ਇਹ ਆਇਲ ਲੱਗ ਗਿਆ ਤੇ ਡੋਸੇ ਦਾ ਬੈਟਰ ਚੱਲਦੇ ਅੱਗੇ ਬਸ ਆਪਣੇ ਮਿਲ ਕੇ ਵਿਜ਼ਿਟ ਕਰ ਲਿਆ ਹੈ ਮਾਣਿਕ ਚੌਂਕ ਨੂੰ ਉੱਥੇ ਦਾ ਆਪਾਂ ਡਿਸ਼ਿਜ਼ ਵੀ ਖਾ ਲਈਆਂ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਾਂਗੇ ਨਵੇਂ ਪਲੇਸ ਤੇ ਨਵੇਂ ਵੀਡੀਓ ਨਾਲ ਬਣੇ ਰਹੋ ਸਾਡੇ ਨਾਲ ਅਹਿਮਦਾਬਾਦ ਦੇ ਵਿੱਚ ਆ ਜੀ ਸਵੇਰ ਦੇ ਵਾਕ ਕਰ ਰਹੇ ਸੈਰ ਕਰ ਰਹੇ ਸੀ ਮੈਂ ਚੱਲ ਕੁਛ ਲੈ ਚੱਲਦੇ ਆ ਇਹ ਆ ਜੀ ਖਾਖਰਾ ਜੋ ਰਾਤੀ ਆਈਟਮ ਬਣਾ ਰਿਹਾ ਬੰਦਾ ਸਵੇਰੇ ਇਹ ਆ ਢੋਕਲਾ ਇਹ ਢੋਕਲਾ ਨਾ ਜੀ ਹਾਂ ਢੋਕਲਾ ਇਹ ਥੋੜਾ ਤੇਜ਼ ਆ ਤੇ ਉਹ ਮਿੱਠਾ ਆ ਤੇ ਆ ਪਾਤਰਾ ਇਹ ਆ ਪਾਤਰਾ ਇਹ ਸਾਰੀ ਗੁਜਰਾਤੀ ਡਿਸ਼ ਆ ਨਾ ਬੰਦਿਆਂ ਦੇ ਕੋਲ ਜੀ ਤੇ ਇੱਕ ਉਹ ਪਾਪੜ ਨੇ ਹੋ ਗਿਆ ਆ ਬੰਦਿਆਂ ਦਾ ਹੋਟਲ ਆ ਤੇ ਟੋਟਲੀ ਗੁਜਰਾਤੀ ਆਈਟਮ ਆ ਸਾਰੀ ਇਹਨਾਂ ਦੇ ਕੋਲ ਜੀ ਆਪਾਂ ਲਈ ਆਪਾਂ ਲੈ ਕੇ ਆ ਰਹੇ ਹਾਂ ਪੰਜਾਬ ਨੂੰ ਤੇ ਨਾਲ ਜਲੇਬੀਆਂ ਵੀ ਨੇ ਜੇਠਾਲਾਲ ਦੀ ਫੇਵਰੇਟ ਡਿਸ਼ ਆ ਜੀ ਇਹ ਬੰਦਾ ਹੱਸਦਾ ਜੇਠਾਲਾਲ ਦੇ ਨਾਂ ਤੇ ਇਹ ਆ ਜੀ ਦਾਲ ਵੜਾ ਸਾਰੀ ਗੁਜਰਾਤੀ ਡਿਸ਼ ਹੈ ਨਾ ਬੰਦਿਆਂ ਦੇ ਕੋਲ ਸਟੇਸ਼ਨ ਦੇ ਬਿਲਕੁਲ ਨਾਲ ਨੇ ਇਹ ਬੰਦੇ ਤੁਹਾਨੂੰ ਸਟੇਸ਼ਨ ਵੀ ਦਿਖਾਉਣਾ ਮੈਂ ਇਹ ਆ ਸਾਹਮਣੇ ਸਟੇਸ਼ਨ ਰੇਲਵੇ ਸਟੇਸ਼ਨ ਉਹਦੇ ਬਿਲਕੁਲ ਸਾਹਮਣੇ ਦੁਕਾਨ ਆ ਇਹ ਐਡਰੈਸ ਵੀ ਦਿਖਾ ਦਿੰਦੇ ਆਪਾਂ ਤੁਹਾਨੂੰ ਆ ਸ਼ੋਪ ਆ ਸਾਰੀ ਗੁਜਰਾਤੀ ਡਿਸ਼ ਮਿਲਦੀਆਂ ਨਾ ਬੰਦਿਆਂ ਦੇ ਕੋਲ ਉਹ ਸਾਹਮਣੇ ਦੇਖੋ ਸਟੇਸ਼ਨ ਆ ਰੇਲਵੇ ਸਟੇਸ਼ਨ ਉਹਦੇ ਬਿਲਕੁਲ ਸਾਹਮਣੇ ਸ਼ੋਪ ਆ ਇਹ ਆਪਾਂ ਸਭ ਨੇ ਮਿਲ ਕੇ ਅਹਿਮਦਾਬਾਦ ਸ਼ਹਿਰ ਦੇ ਸਾਰੇ ਫੇਮਸ ਪਲੇਸਿਸ ਨੂੰ ਵਿਜ਼ਿਟ ਕਰ ਲਿਆ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਆਉਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿਖੇ ਮਿਲਾਂਗੇ ਜੀ